ਸੋ ਹੈਲੋ ਗਾਇਸ ਵਾਂਸ ਅਗੇਨ ਯੂ ਆਲ ਆਰ ਵੈਲਕਮ ਔਨ ਮਾਈ ਯੂਟਿਊਬ ਚੈਨਲ ਆਈ ਹੋਪ ਪੀਪਲ ਯੂ ਆਰ ਗੈਟਿੰਗ ਬੈਨੀਫਿਟਸ ਫਰੋਮ ਮਾਈ ਯੂਟਿਊਬ ਚੈਨਲ ਫਾਈਨਲੀ ਕੈਨੇਡਾ ਤੋਂ ਇੱਕ ਵੱਡੀ ਅਪਡੇਟ ਆਈ ਹੈ ਟਰੈਵਲਿੰਗ ਲੈ ਕੇ ਆਪਾਂ ਸਾਰੇ ਜਣੇ ਵੇਟ ਕਰ ਰਹੇ ਸੀਗੇ ਕੈਨੇਡਾ ਨੇ 31 ਜੁਲਾਈ ਤੱਕ ਜਿਹੜੀਆਂ ਟਰੈਵਲ ਸਟ੍ਰਿਕਸ਼ਨ ਲਗਾਈਆਂ ਸੀ ਉਮੀਦ ਸੀ ਕਿ ਅੱਗੇ ਟਰੈਵਲ ਸਟ੍ਰਿਕਸ਼ਨ ਹਟ ਜਾਣਗੇ ਬਟ ਹੋਇਆ ਇਸ ਦੇ ਉਲਟ ਕੈਨੇਡਾ ਨੇ ਹੁਣ ਫੋਰਨ ਟਰੈਵਲਰ ਨੂੰ 31 अगस्त केड़े -केड़े तक बंद ਕਰ ਦਿੱਤਾ ਹੈ ਮਤਲਬ ਉਹਨਾਂ ਨੇ ਜਿਹੜੀਆਂ ਆਪਣੇ ਟ੍ਰੈਵਲ ਇਨਸਟ੍ਰਕਸ਼ਨ ਨੇ ਇੱਕ ਮੰਥ ਹੋਰ ਅੱਗੇ ਕਰ ਦਿੱਤੀਆਂ ਨੇ ਇਹ ਚੀਜ਼ ਕਿਉਂ ਹੋਈ ਆ ਕਿਹੜੇ-ਕਿਹੜੇ ਦੇ ਵਿੱਚ ਟ੍ਰੈਵਲ ਕਰ ਸਕਦੇ ਨੇ ਸਾਰਾ ਕੁਝ ਡਿਸਕਸ ਕਰੂੰਗਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖਿਓ ਜੇ ਤੁਹਾਡਾ ਕੋਈ ਸਵਾਲ ਆ ਮੇਰਾ WhatsApp ਨੰਬਰ ਇੱਥੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਸੋ ਗਾਇਸ ਕੈਨੇਡਾ ਨੇ 18 ਮਾਰਚ ਤੋਂ ਬਾਅਦ ਟ੍ਰੈਵਲਰ ਸੈਕਸ਼ਨ ਲਗਾਤੀਆਂ ਕਿਉਂਕਿ ਕੋਈ ਵੀ ਕੰਟਰੀ ਨਹੀਂ ਚਾਹੁੰਦੀ ਕਿ ਉਹਨਾਂ ਦੀ ਕੰਟਰੀ ਦੇ ਵਿੱਚ ਕੋਈ ਡਿਸੀਜ਼ ਆ ਜਿਹੜੀ ਉਹ ਪੀਕ ਲੈਵਲ ਤੇ ਹੋਵੇ ਕਰੋਨਾ ਵਾਇਰਸ ਦੇ ਕੇਸ ਦਿਨੋਂ ਦਿਨ ਵੱਧ ਰਹੇ ਸੀ ਦੁਨੀਆ ਦੇ ਵਿੱਚ ਕੈਨੇਡਾ ਵਿੱਚ ਵੀ ਵੱਧ ਰਹੇ ਸੀ ਇਹਨੂੰ ਦੇਖਦੇ ਹੋਏ ਉਹਨਾਂ ਨੇ ਜਿਹੜਾ ਲਾਕਡਾਊਨ ਲਗਾਤਾ ਪਹਿਲਾਂ ਜਾਂ ਜਿਹੜੀ ਰੈਸਟ੍ਰਿਕਸ਼ਨ ਲਗਾਈ ਸੀ ਉਹ 30 ਜੂਨ ਤੱਕ ਸੀ 30 ਜੂਨ ਨੂੰ ਇੱਕ ਉਮੀਦ ਸੀ ਕਿ 31 ਜੁਲਾਈ ਨੂੰ ਖੁੱਲੂਗਾ 31 ਜੁਲਾਈ ਨੂੰ ਇੱਕ ਉਮੀਦ ਸੀ ਕਿ ਖੁੱਲੂਗਾ ਬਟ ਉਹਨਾਂ ਨੇ ਫੇਰ ਹੁਣ ਇੱਕ ਮੰਥ ਜਿਹੜੀ ਟ੍ਰੈਵਲ ਸੈਕਸ਼ਨ ਲਗਾਤੀਏ ਸੋ ਸਾਨੂੰ ਇੱਕ ਮੰਥ ਜਿਹੜਾ ਵੇਟ ਕਰਨਾ ਪਊਗਾ ਹੁਣ ਨ ਪੋਸੀਬਲ ਹੋ ਸਕਦੀ ਅੱਜ ਇਹ ਨਿਊਜ਼ ਬਣਾ ਰਿਹਾ ਆ ਅਫੀਸ਼ੀਅਲੀ ਨਿਊਜ਼ ਆਈ ਆ ਰਾਤ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਇਥੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ ਕਿਹੜੇ ਕਿਹੜੇ ਪਰਸਨ ਟਰੈਵਲ ਕਰ ਸਕਦੇ ਨੇ ਉਹੀ ਸੇਮ ਕੰਡੀਸ਼ਨ ਆ ਜਿਨ੍ਹਾਂ ਦਾ 18 ਮਾਰਚ ਤੋਂ ਪਹਿਲਾਂ ਦਾ ਵੀਜ਼ਾ ਆਇਆ ਉਹ ਪਰਸਨ ਟਰੈਵਲ ਕਰ ਸਕਦੇ ਨੇ ਜਿਨ੍ਹਾਂ ਦੀ ਪੀਆਰ ਅਪਰੂਵ ਹੋਈ ਹੈ ਚਾਹੇ ਐਕਸਪਾਇਰ ਹੋ ਗਈ ਆ ਉਹ ਟਰੈਵਲ ਕਰ ਸਕਦੇ ਨੇ ਫੈਮਿਲੀ ਮੈਂਬਰ ਟਰੈਵਲ ਕਰ ਸਕਦੇ ਨੇ ਜਿਨ੍ਹਾਂ ਨੇ ਕੋਈ ਅਸੈਂਸ਼ੀਅਲ ਕਾਰਨ ਆ ਇਹ ਪਰਸਨ ਟਰੈਵਲ ਕਰ ਸਕਦੇ ਨੇ ਬਟ ਉਹਨਾਂ ਦੇ ਕੋਲੇ ਇੱਕ ਵੈਲਿਡ ਜਸਟੀਫਿਕੇਸ਼ਨ ਹੋਣੀ ਚਾਹੀਦੀ ਆ ਉਹਨਾਂ ਦੇ ਆਉਣ ਦਾ ਪਰਪਸ ਜਿਹੜਾ ਕਲੀਅਰ ਹੋਣਾ ਚਾਹੀਦਾ ਕਿ ਅਸੀਂ ਕੈਨੇਡਾ ਇਸ ਕੰਮ ਵਾਸਤੇ ਆਏ ਆ ਜਾਂ ਅਸੀਂ ਕੈਨੇਡਾ ਇਸ ਕੰਮ ਵਾਸਤੇ ਆਏ ਆ ਸੋ ਮੇਨ ਚੀਜ਼ ਇਹ ਸੀ ਕਿ ਕੈਨੇਡਾ ਨੇ ਜਿਹੜਾ 31 ਅਗਸਤ ਤੱਕ ਕੈਨੇਡਾ ਬੰਦ ਕਰਤਾ ਹੁਣ ਇਹ ਚੀਜ਼ ਹੋਈ ਕਿਉਂਕਿ ਕੋਵਿਡ-19 ਦੇ ਕੇਸ ਪੂਰੀ ਦੁਨੀਆ ਦੇ ਵਿੱਚ ਦਿਨੋ-ਦਿਨ ਵਧ ਰਹੇ ਨੇ ਹਾਲਾਂਕਿ ਕੈਨੇਡਾ ਵੱਲੋਂ ਵੀ ਗੁੱਡ ਨਿਊਜ਼ ਆਈ ਹੈ ਕਿ ਕੈਨੇਡਾ ਨੇ ਜਿਹੜੀ ਹੈ ਆਪਣਾ ਇੰਟਰ ਕੈਨੇਡਾ ਵਾ ਜਾਂ ਅੰਡਰਸਟੇਟ ਕਹ ਲਈਏ ਉਹ ਫੇजेस ਦੇ ਵਿੱਚ ਖੋਲ ਰਹੇ ਨੇ ਉਹ ਉਹ ਚੀਜ਼ ਵਧੀਆ ਕਿਉਂਕਿ ਕੈਨੇਡਾ ਦੇ ਵਿੱਚ ਵੀ ਜਿਹੜਾ ਕਰੋਨਾ ਵਾ ਪਹਿਲਾਂ ਪੀਕ ਤੇ ਸੀਗਾ ਪਿਛਲੇ ਮੰਥ ਬਟ ਹੁਣ ਹੌਲੀ ਹੌਲੀ ਕੇਸ ਉੱਥੇ ਘਟ ਰਹੇ ਨੇ ਉੱਥੋਂ ਗੁੱਡ ਨਿਊਜ਼ ਆ ਰਹੀ ਆ ਉੱਥੋਂ ਦੀ ਇਮੀਗ੍ਰੇਸ਼ਨ ਮਨਿਸਟਰ ਨੇ ਵੀ ਕਾਲਜਾਂ ਦੇ ਨਾਲ ਮੀਟਿੰਗ ਕੀਤੀ ਸੀ ਕਿ ਆਪਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿੱਦਾਂ ਸੱਦੀਏ ਫੋਰਨ ਟ੍ਰੈਵਲਰਸ ਨੂੰ ਕਿੱਦਾਂ ਸਦਿਏ ਕੋਈ 에ਅਰ ਬੱਬਲ ਬਣਾਇਆ ਜਾਵੇ ਕੋਈ ਡਿਫਰੈਂਟ ਥਿੰਗ ਚਲਾਈ ਜਾਵੇ ਉਹ ਡਿਫਰੈਂਟ ਥਿੰਗ ਆ ਬਟ ਜਿਹੜੀਆਂ ਫਾਈਲਾਂ ਨੇ ਤੁਸੀਂ ਆਪਣੇ ਆਨਲਾਈਨ ਅਪਲਾਈ ਕਰ ਸਕਦੇ ਹੋ ਉਹਦੇ ਵਿੱਚ ਕੋਈ ਡਾਊਟ ਨਹੀਂ ਬਟ ਜਿਹੜੀ ਟ੍ਰੈਵਲ ਸਟ੍ਰਿਕਸ਼ਨ ਆ ਉਹ 31st ਅਗਸਟ ਤੱਕ ਹੋ ਗਈ ਆ ਸੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਕਰੈਕਟ ਇਨਫੋਰਮੇਸ਼ਨ ਮਿਲ ਸਕੇ ਦੂਸਰੀ ਚੀਜ਼ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੂੰਗਾ ਕਿ ਮੈਨੂੰ ਬਹੁਤ ਸਾਰੇ ਜਾਣੇ ਪੁੱਛਦੇ ਨੇ ਕਿ ਸਰ ਅਸੀਂ ਸਪੈਸ਼ਲ ਫਲਾਈਟਾਂ ਦੇ ਵਿੱਚ ਟਰੈਵਲ ਕਰੀਏ ਜਾਂ ਨਾ ਕਰੀਏ ਟਿਕਟ ਦਾ ਪ੍ਰਾਈਸ ਗਾਈਸ ਬਹੁਤ ਹਾਈ ਆ ਬਟ ਉੱਥੇ ਡਿਪੈਂਡ ਇਹ ਕਰਦਾ ਕਿ ਤੁਹਾਡਾ ਜਿਹੜਾ ਜਾਣ ਦਾ ਮਕਸਦ ਆ ਉਹ ਕਿੰਨਾ ਕੁ ਜ਼ਰੂਰੀ ਆ ਤੁਸੀਂ ਐਮਬੈਸੀ ਨੂੰ ਜਸਟੀਫਿਕੇਸ਼ਨ ਦੇ ਸਕੋਗੇ ਜਿੱਦੋਂ ਤੁਹਾਡੀ ਉੱਥੇ ਇਮੀਗ੍ਰੇਸ਼ਨ ਹੋਊਗੀ ਕਿਉਂਕਿ ਉਹ ਰਿਸਕ ਤੁਹਾਡਾ ਆਪਣਾ ਮੈਂ ਕਦੇ ਰეკਮੈਂਡ ਪਰਸਨਲੀ ਨਹੀਂ ਕਰਦਾ ਤੁਸੀਂ ਜਾਓ ਜਾਂ ਨਾ ਜਾਓ ਕਿ ਤੁਹਾਡਾ ਆਪਣਾ ਰਿਸਕ ਆ 에ਅਰਲਾਈਨ ਦੇ ਪ੍ਰਾਈਸ ਬਹੁਤ ਹਾਈ ਨੇ ਇਨ ਫਿਚਰ ਤੁਹਾਨੂੰ ਪ੍ਰੋਬਲਮ ਨਾ ਆਵੇ ਸੋ ਆਪਣਾ ਡਿਸੀਜਨ ਆ ਜਿਹੜਾ ਸੋਚ ਕੇ ਲਿਓ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਇ ਅਨਦਰ ਥਿੰਗ ਇਜ਼ ਦੈਟ ਜੇ ਤੁਹਾਨੂੰ ਕੋਈ ਆਲਸ ਦੀ ਪ੍ਰੈਪਰੇਸ਼ਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਵੀ ਆਰ ਪ੍ਰੋਵਾਈਡਿੰਗ ਆਨਲਾਈਨ ਕਲਾਸਿਸ ਐਂਡ ਐਮ ਡੈਮ ਸ਼ੋਰ ਜੇ ਤੁਸੀਂ ਮੇਰੇ ਮੈਥਡ ਮੇਰੀਆਂ ਟੈਕਨੀਕਸ ਦੇ ਹਿਸਾਬ ਨਾਲ ਚੱਲੋਗੇ ਦੈਨ ਯੂ ਕੈਨ ਕ੍ਰੈਕ ਯਰ ਆਲਸ ਇਨ 30 ਡੇਸ ਯੈਸ ਗਾਇਸ ਸੋ ਸੀ ਯੂ ਗਾਇਸ ਇਨ ਦਾ ਨੈਕਸਟ ਵੀਡੀਓ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਮਾਈ ਚੈਨਲ